ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਸਮੀਤ ਪਾਟੀਆ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸੋ ਸਟੂਡੈਂਟਸ ਨੂੰ ਹਰ ਟਾਈਮ ਲੇਟੈਸਟ ਇਨਫੋਰਮੇਸ਼ਨ ਦਾ ਇੰਤਜ਼ਾਰ ਹੁੰਦਾ ਹੈ ਬਟ ਅੱਜ ਦੀ ਡੇਟ 'ਚ ਕੋਈ ਜੇ ਤੁਸੀਂ ਕਹੋ ਕਿ ਲੇਟੈਸਟ ਗੱਲ ਨਹੀਂ ਹੈਗੀ ਸਾਡੇ ਕੋਲ ਡਿਸਕਸ ਕਰਨ ਲਈ ਪਰ ਜਿਹੜਾ ਮੁੱਦਾ ਸਟੂਡੈਂਟ ਬਾਰ ਬਾਰ ਡਿਸਕਸ ਕਰਨਾ ਚਾਹੁੰਦੇ ਹੈ ਬਾਰ ਬਾਰ ਸੁਣਨਾ ਚਾਹੁੰਦੇ ਹੈ ਉਹੀ ਅੱਜ ਡਿਸਕਸ ਕਰਾਂਗੇ ਇਸ ਵੀਡੀਓ ਦੇ ਅੰਦਰ ਜਿਵੇਂ ਕਿ ਸਟੂਡੈਂਟਸ ਸਭ ਤੋਂ ਜ਼ਿਆਦਾ ਕਨਫਿਊਜ਼ ਹੈਗੇ ਹੈ ਕਿ ਸੈਕਿੰਡ ਸਟੇਜ 'ਤੇ ਰਿਫਿਊਜ਼ਲ ਆਉਣ ਦੇ ਕਿੰਨੇ ਚਾਂਸ ਹੈਗੇ ਹੈ ਸੋ ਮੈਂ ਸਟੂਡੈਂਟਸ ਨੂੰ ਜਿੰਨੀ ਵਾਰੀ ਵੀ ਲਾਈਕ ਕਰਦਾ ਉਹਨਾਂ ਨਾਲ ਸ਼ੇਅਰ ਕਰਦਾ ਕਿ ਸੈਕਿੰਡ ਸਟੇਜ 'ਤੇ ਰਿਫਿਊਜ਼ਲ ਆਉਣ ਦੇ ਚਾਂਸ ਬਹੁਤ ਹੀ ਘੱਟ ਹੈਗੇ ਹੈ ਸੋ ਜੇ ਤੁਸੀਂ IRCC ਦਾ ਵੈਬੀਨਾਰ ਦਾ ਹਿੱਸਾ ਸੀ ਜਾਂ IRCC ਦੇ ਵੈਬੀਨਾਰ ਦੇ ਕੀ ਪੁਆਇੰਟ ਸੁਣੇ ਹੈ ਉਹਦੇ ਵਿੱਚ ਬਹੁਤ ਕਲੀਅਰਲੀ ਦੱਸਿਆ ਗਿਆ ਸੀ ਕਿ ਜੇ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲ ਰਹੀ ਹੈ ਦੈਟ ਮੀਨਸ ਕਿ ਤੁਹਾਡੇ ਜਿਹੜਾ ਵੀਜ਼ਾ ਹੈ ਬਹੁਤ ਹੱਦ ਤੱਕ ਲੱਗ ਚੁੱਕਿਆ ਹੈ ਔਰ ਬਹੁਤ ਘੱਟ ਰੀਜ਼ਨ ਰਹਿਣਗੇ ਕਿ ਤੁਹਾਨੂੰ ਰਿਫਿਊਜ਼ਲ ਮਿਲੇ ਸੈਕਿੰਡ ਸਟੇਜ 'ਤੇ ਸੋ ਚਾਰ ਪੁਆਇੰਟਸ ਹੈਗੇ ਹੈ ਜਿਹੜੇ ਮੈਂ ਡਰਾਫਟ ਕੀਤੇ ਹੈ ਔਰ ਮੈਨੂੰ ਲੱਗਦਾ ਕਿ ਚਾਰੋਂ ਹੀ ਪੁਆਇੰਟ IRCC ਦੇ ਵੈਬੀਨਾਰ 'ਚ ਵੀ ਡਿਸਕਸ ਹੋਏ ਸੀ ਔਰ ਮੈਂ ਸਟੂਡੈਂਟਸ ਨਾਲ ਹਰ ਵਾਰੀ ਡਿਸਕਸ ਕਰ ਚੁੱਕਿਆ ਪਰ ਫਿਰ ਵੀ ਸਟੂਡੈਂਟਸ ਪੁੱਛਦੇ ਹੈ ਕਿ ਸੈਕਿੰਡ ਸਟੇਜ 'ਤੇ ਰਿਫਿਊਜ਼ਲ ਆਉਣ ਦੇ ਕਿੰਨੇ ਚਾਂਸ ਹੈ ਸੋ ਆਹ ਚਾਰੋਂ ਪੁਆਇੰਟ ਆਪਾਂ ਡਿਸਕਸ ਕਰਦੇ ਹਾਂ ਦੁਬਾਰਾ ਤੋਂ ਸੋ ਚਾਰ ਪੁਆਇੰਟ ਹੈ ਸੈਕਿੰਡ ਸਟੇਜ 'ਤੇ ਰਿਫਿਊਜ਼ਲ ਆ ਸਕਦੀ ਹੈ ਤੁਹਾਡੀ ਫਸਟ ਤੁਸੀਂ ਕੋਈ ਕ੍ਰਾਈਮ ਕੀਤਾ ਹੋਏ ਤੁਹਾਡੇ 'ਤੇ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਹੋਣ ਔਰ ਤੁਹਾਡੇ 'ਤੇ ਕੇਸ ਚੱਲਦਾ ਹੋਏ ਇੱਥੇ ਇੰਡੀਆ ਵਿੱਚ ਸੋ ਜੇ ਤੁਸੀਂ ਕੋਈ ਕ੍ਰਾਈਮ ਕੀਤਾ ਹੈ ਜੇ ਤੁਹਾਡੇ 'ਤੇ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਹੈ ਦੈਨ ਯੂ ਕੈਨ ਗੈਟ ਰਿਫਿਊਜ਼ਲ ਐਟ ਸੈਕਿੰਡ ਸਟੇਜ ਸੈਕਿੰਡ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟਡ ਹੋਵੋ ਔਰ ਤੁਸੀਂ ਉਸ ਕੰਟਰੀ 'ਚ ਇਲੀਗਲ ਐਕਟੀਵਿਟੀ ਕੀਤੀ ਹੋਵੇ ਸੋ ਜੇ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟਡ ਹੋ ਜਾਂ ਤੁਸੀਂ ਕੋਈ ਇਲੀਗਲ ਐਕਟੀਵਿਟੀ ਕੀਤੀ ਹੈ ਜਾਂ ਤੁਸੀਂ ਸਪਾਈ ਹੋ ਤੁਸੀਂ ਟੈਰਰਿਸਟ ਹੋ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਟੂਡੈਂਟ ਇਸ ਕੈਟੇਗਰੀ 'ਚ ਆਏਗਾ ਸੋ ਯੂ ਆਰ ਅ ਥਰੈਟ ਯੂ ਆਰ ਨੋਟ ਅ ਥਰੈਟ ਟੂ ਕੈਨੇਡਾ ਇਫ ਯੂ ਆਰ ਗੋਇੰਗ ਔਨ ਅ ਸਟੂਡੈਂਟ ਵੀਜ਼ਾ ਥਰਡ ਮੈਡੀਕਲੀ ਅਨਫਿਟ ਮਤਲਬ ਤੁਸੀਂ ਤੁਹਾਡਾ ਫਸਟ ਸਟੇਜ 'ਤੇ ਮੈਡੀਕਲ ਕਲੀਅਰ ਨਾ ਹੋਇਆ ਹੋਏ ਔਰ ਸੈਕਿੰਡ ਸਟੇਜ 'ਤੇ ਤੁਹਾਡੇ ਮੈਡੀਕਲ 'ਚ ਕੋਈ ਬਹੁਤ ਵੱਡੀ ਪ੍ਰੋਬਲਮ ਆ ਜਾਏ ਜਾਂ ਬਹੁਤ ਵੱਡਾ ਇਸ਼ੂ ਆ ਜਾਂਦਾ ਮੈਨੂੰ ਲੱਗਦਾ 99% ਆਫ ਦਾ ਸਟੂਡੈਂਟਸ ਆਰ ਮੈਡੀਕਲੀ ਫਿਟ ਫੋਰਥ ਜੇ ਤੁਸੀਂ ਕੋਈ ਫੇਕ ਡਾਕੂਮੈਂਟਸ ਆਪਣੀ ਫਾਈਲ ਵਿੱਚ ਲਾਏ ਹੋਣ ਸੋ ਇਫ ਯੂ ਹੈਵ ਪ੍ਰੋਡਿਊਸਡ ਐਨੀ ਫੇਕ ਡਾਕੂਮੈਂਟ ਇਨ ਯੋਰ ਫਾਈਲ ਦੈਨ ਯੂ ਆਰ ਲਾਇਬਲ ਟੂ ਗੈਟ ਰਿਫਿਊਜ਼ਲ ਐਟ ਸੈਕਿੰਡ ਸਟੇਜ ਸੋ ਸਟੂਡੈਂਟਸ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਆਪਾਂ ਪੋਜ਼ਿਟਿਵ ਰਹਿਣਾ ਔਖਾ ਟਾਈਮ ਨਿਕਲ ਚੁੱਕਿਆ ਐਂਡ ਆਈ ਫੀਲ ਬਹੁਤ ਸਾਰੇ ਸਟੂਡੈਂਟਸ ਨੂੰ AIPs ਮਿਲਣਗੇ ਐਂਡ ਦੇ ਕੈਨ ਸਟਾਰਟ ਦੇਅਰ ਸਟੱਡੀਜ਼ ਔਨਲਾਈਨ ਔਰ ਜਿਹੜੇ ਸਟੂਡੈਂਟਸ ਔਨਲਾਈਨ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਦੇ ਕੈਨ ਆਲਸੋ ਗਿਵ ਐਨ ਐਕਸਪਲੇਨੇਸ਼ਨ ਲੈਟਰ ਐਟ ਸੈਕਿੰਡ ਸਟੇਜ ਸੋ ਬਹੁਤ ਕਨਫਿਊਜ਼ਨ ਕ੍ਰੀਏਟ ਹੈ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਆਪਾਂ ਪੋਜ਼ਿਟਿਵ ਰਹਿਣਾ ਔਰ ਫਿਰ ਆ ਜਾਂਦੀ ਹੈ ਰਿਫੰਡ ਦੀ ਗੱਲ ਕਿ ਸਪੋਜ਼ ਮੈਨੂੰ ਸੈਕਿੰਡ ਸਟੇਜ 'ਤੇ ਰਿਫਿਊਜ਼ਲ ਮਿਲ ਗਈ ਤਾਂ ਮੈਨੂੰ ਕਾਲਜ ਰੀਫੰਡ ਕਰੇਗਾ ਪੈਸੇ ਬਿਲਕੁਲ ਸੋ ਇਹ 16 ਤੋਂ 17 ਕਾਲਜਿਸ ਨੇ ਕਹਿਤਾ ਕਿ ਅਸੀਂ ਪੂਰੇ ਪੈਸੇ ਰੀਫੰਡ ਕਰਾਂਗੇ ਸੋ 16 ਤੋਂ 17 ਕਾਲਜਿਸ ਨੇ ਅਨਾਊਂਸ ਕਰਤਾ ਕਿ ਜੇ ਤੁਹਾਡੀ ਸੈਕਿੰਡ ਸਟੇਜ 'ਤੇ ਰਿਫਿਊਜ਼ਲ ਆਉਂਦੀ ਹੈ ਤਾਂ ਤੁਹਾਨੂੰ ਪੂਰੇ ਪੈਸੇ ਵਾਪਸ ਮਿਲਣਗੇ ਮੈਨੂੰ ਲੱਗਦਾ ਬਹੁਤ ਹੀ ਮੋਟੀਵੇਟਿੰਗ ਹੈ ਸਟੂਡੈਂਟਸ ਵਾਸਤੇ ਕਿ ਜੇ ਤੁਸੀਂ ਔਨਲਾਈਨ ਕਲਾਸਿਸ ਸਟਾਰਟ ਵੀ ਕਰ ਲੈਂਦੇ ਹੋ ਔਰ ਤੁਹਾਡੇ ਪੂਰੇ ਪੈਸੇ ਵਾਪਸ ਹੋਣਗੇ ਸੋ ਜੇ ਮੈਂ ਨਾਮ ਲੈਣਾ ਚਾਹਾਂ ਇਹਨਾਂ ਕਾਲਜਿਸ ਦਾ ਸੇਂਟ ਕਲੇਅਰ ਕਾਲਜ ਨੇ ਅਨਾਊਂਸ ਕਰਤਾ ਬਹੁਤ ਵੱਡੇ ਪੱਧਰ ਦੇ ਸਟੂਡੈਂਟਸ ਹੈਗੇ ਜਿਹੜੇ ਸੇਂਟ ਕਲੇਅਰ ਕਾਲਜ ਅਪਲਾਈ ਕੀਤਾ ਹੋਇਆ ਜਿਨ੍ਹਾਂ ਨੇ ਲੈਂਪਟਨ ਕਾਲਜ ਦੇ ਬਹੁਤ ਸਾਰੇ ਸਟੂਡੈਂਟਸ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਔਰ ਲੈਂਪਟਨ ਕਾਲਜ ਨੇ ਵੀ ਅਨਾਊਂਸ ਕਰਤਾ ਕਿ ਅਸੀਂ ਪੂਰੇ ਪੈਸੇ ਰਿਫੰਡ ਦੇਵਾਂਗੇ ਐਲਗੋਂਕਿਨ ਕਾਲਜ ਸੈਂਟੀਨੀਅਲ ਕਾਲਜ ਸੈਨਿਕਾ ਨੇ ਵੀ ਕਹਿਤਾ ਕਿ 25 ਸਪਤੰਬਰ ਤੱਕ ਤੁਸੀਂ ਪੂਰੇ ਪੈਸੇ ਲੈ ਸਕਦੇ ਹੋ ਮੈਨੂੰ ਲੱਗਾ ਤਦ ਤੱਕ ਸਾਰੇ ਸਟੂਡੈਂਟਸ ਨੂੰ ਆਪਣੇ ਰਿਜ਼ਲਟਸ ਪਤਾ ਲੱਗ ਸਕਦੇ ਹੈ ਸੋ CDE ਕਾਲਜ ISI ਕਾਲਜ CCSQ ਕਾਲਜ ਸੋ 15 ਤੋਂ 17 ਕਾਲਜਿਸ ਨੇ ਕਨਫਰਮ ਕਰਤਾ ਸਾਨੂੰ ਕਿ ਤੁਹਾਡੇ ਪੂਰੇ ਪੈਸੇ ਵਾਪਸ ਹੋਣਗੇ ਸੋ ਸਟੂਡੈਂਟਸ ਮੈਨੂੰ ਲੱਗਦਾ ਟੈਨਸ਼ਨ ਫਰੀ ਹੋ ਕੇ ਤੁਸੀਂ ਔਨਲਾਈਨ ਕਲਾਸਿਸ ਲਾ ਸਕਦੇ ਹੋ ਔਰ ਜੇ ਤੁਹਾਨੂੰ ਆਪਣੀ ਨਵੀਂ ਫਾਈਲ ਅਪਲਾਈ ਕਰਨੀ ਹੈ ਫੋਰ ਜਨਵਰੀ ਇਨਟੇਕ ਜਾਂ ਮਈ ਇਨਟੇਕ ਦੈਨ ਯੂ ਕੈਨ ਕੰਟੈਕਟ ਲੈਂਡਮਾਰਕ ਇਮੀਗ੍ਰੇਸ਼ਨ ਔਰ ਜੇ ਤੁਹਾਡੀ ਰਿਫਿਊਜ਼ਲ ਆਈ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਤਾਂ ਵੀ ਤੁਹਾਡੀ ਫਾਈਲ 'ਤੇ ਐਕਸਟਰਾ ਵਰਕ ਕਰਨਾ ਤੁਹਾਡੀ ਫਾਈਲ 'ਤੇ ਦੇਖਣਾ ਕਿ ਕਿੱਦਾਂ ਵੀਜ਼ਾ ਲੱਗ ਸਕਦਾ ਦੈਨ ਆਲਸੋ ਯੂ ਕੈਨ ਕੰਟੈਕਟ ਲੈਂਡਮਾਰਕ ਇਮੀਗ੍ਰੇਸ਼ਨ ਔਰ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਰਿਫਿਊਜ਼ਲ ਕਿਉਂ ਆਈ ਹੈ ਔਰ ਤੁਸੀਂ ਕੇਪਸ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਦੈਨ ਆਲਸੋ ਯੂ ਕੈਨ ਕੰਟੈਕਟ ਅਸ
एंड असीं तुहानूं हैल्प करांगे किसी भी स्टेज ते तुहानूं लैंडमार्क इमीग्रेशन की हैल्प की लोड़ होएगी। यू कैन कॉल अस व्हाट्सएप अस एट 90413-90412 और ईमेल मी एट info@landmarkimmigration.com। धन्यवाद।